ਨੋਟੇਬਲ ਟੂਲ ਪਲਾਜ਼ਾ ਹੋਇਆ ਟੂਲ ਫ੍ਰੀ। ਜਲੰਧਰ ਨੈਸ਼ਨਲ ਹਾਈਵੇ 'ਤੇ ਸਥਿਤ ਪੰਜਾਬ ਦਾ ਸਭ ਤੋਂ ਮਹਿੰਗਾ ਲਾਡੋਵਾਲ ਟੂਲ ਪਲਾਜ਼ਾ ਦੇ ਸਮੂਹ ਮੁਲਾਜ਼ਮਾਂ ਵੱਲੋਂ ਸਵੇਰੇ 10 ਵਜੇ ਅਣਮਿੱਥੇ ਸਮੇਂ ਲਈ ਲੋਕਾਂ ਲਈ ਟੂਲ ਫ੍ਰੀ ਕਰ ਦਿੱਤਾ ਗਿਆ ਹੈ। ਇਸ ਮੌਕੇ ਸਾਰੇ ਛੋਟੇ ਵੱਡੇ ਵਾਹਨ ਟੋਲ ਟੈਕਸ ਲਗਾ ਦਿੱਤੇ ਗਏ ਹਨ ਅਤੇ ਟੂਲ ਕਰਮਚਾਰੀਆਂ ਵੱਲੋਂ ਟੂਲ ਪਲਾਜ਼ਾ 'ਤੇ ਧਰਨਾ ਲਗਾ ਕੇ ਕੰਪਨੀ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਹੈ, ਜਿਸ ਦੀ ਅਗਵਾਈ ਸਹਿਕਾਰ ਗਲੋਬਲ ਲਿਮਿਟਿਡ ਕੰਪਨੀ ਦੇ ਮੁਲਾਜ਼ਮ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲਾਡੀ ਅਤੇ ਲਾਡੋਵਾਲ ਮੁਲਾਜ਼ਮ ਜਥੇਬੰਦੀ ਦੇ ਪ੍ਰਧਾਨ ਬਚਿੱਤਰ ਸਿੰਘ ਨੇ ਕੀਤੀ ਸੀ। ਇਸ ਮੌਕੇ ਦੋਨਾਂ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਅਸੀਂ ਕੰਪਨੀ ਨੂੰ ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚ ਵਾਧਾ ਕਰਨ ਲਈ ਵਾਰ ਵਾਰ ਕਿਹਾ, ਪਰ ਕਿਸੇ ਵੀ ਉੱਚ ਅਧਿਕਾਰੀਆਂ ਦੇ ਸਿਰ 'ਤੇ ਜੂਨ ਤੱਕ ਨਹੀਂ ਸਰਕੀ। ਪ੍ਰਧਾਨ ਦਰਸ਼ਨ ਸਿੰਘ ਲਾਡੀ ਅਤੇ ਬਚਿੱਤਰ ਸਿੰਘ ਨੇ ਕਿਹਾ ਕਿ ਸਾਡੇ ਮੁਲਾਜ਼ਮ ਸਾਥੀਆਂ ਤੋਂ ਪਿਛਲੇ ਕਾਫ਼ੀ ਸਮੇਂ ਤੋਂ ਘੱਟ ਤਨਖਾਹਾਂ ਦੇ ਕੇ ਉਹਨਾਂ ਤੋਂ ਵੱਧ ਕੰਮ ਲਿਆ ਜਾ ਰਿਹਾ ਹੈ ਅਤੇ ਕੰਪਨੀ ਵੱਲੋਂ ਨਾ ਤਾਂ ਸਾਡੀਆਂ ਹੱਕੀ ਮੰਗਾਂ ਵੱਲ ਕੋਈ ਧਿਆਨ ਦਿੱਤਾ ਗਿਆ ਅਤੇ ਨਾ ਹੀ ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚ ਵਾਧਾ ਕੀਤਾ ਗਿਆ, ਜਿਸ ਦੇ ਵਿਰੋਧ ਵਜੋਂ ਟੋਲ ਪਲਾਜ਼ਾ ਲਾਡੋਵਾਲ ਫ੍ਰੀ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਕੰਪਨੀ ਨੇ ਸਾਡੀਆਂ ਜਾਇਜ਼ ਮੰਗਾਂ ਵੱਲ ਧਿਆਨ ਦੇ ਕੇ ਨਾ ਮੰਨੀਆਂ ਤਾਂ ਪੰਜਾਬ ਦੇ 54 ਟੋਲ ਪਲਾਜ਼ਾ ਬੰਦ ਕਰ ਦਿੱਤੇ ਜਾਣਗੇ। ਟੋਲ ਪਲਾਜ਼ਾ ਦੇ ਮੁਲਾਜ਼ਮਾਂ ਦੇ ਧਰਨੇ ਨੂੰ ਸਮਰਥਨ ਦੇਣ ਲਈ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਆਗੂ ਅਤੇ ਵਰਕਰ ਵੱਡੀ ਗਿਣਤੀ ਵਿੱਚ ਪਹੁੰਚੇ ਹਨ। ਇਸ ਸਮੇਂ ਪੁਲਿਸ ਦੇ ਉੱਚ ਅਧਿਕਾਰੀ ਅਤੇ ਪੁਲਿਸ ਕਰਮਚਾਰੀ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਹੋਏ ਸਨ। ਇਸ ਮੌਕੇ ਪੰਜਾਬ ਦੇ ਟੋਲ ਪਲਾਜ਼ਾ ਆਗੂ ਅਤੇ ਵਰਕਰ, ਜਿਨ੍ਹਾਂ ਵਿੱਚ ਲੜਕੀਆਂ ਵੀ ਸ਼ਾਮਲ ਸਨ, ਉਹਨਾਂ ਤੋਂ ਇਲਾਵਾ ਬਿਕੇਜ ਰਾਜੂਵਾਲ, ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਨਰਿੰਦਰ ਸਿੰਘ ਸਹੋਤਾ, ਤੀਰਥ ਸਿੰਘ ਬਾਸੀ, ਜਸਮੇਰ ਸਿੰਘ ਢੀਡਸਾ, ਬਲਾਕ ਪ੍ਰਧਾਨ ਫਲੌਰ ਅਤੇ ਹੋਰ ਮੌਜੂਦ ਸਨ।
ਕੰਮ ਕਰਦੇ ਕਰਮਚਾਰੀ ਨੇ ਉਹ ਅੱਜ ਲਾਡੋਵਾਲ ਟੋਲ ਪਲਾਜ਼ੇ ਦੇ ਕਰਮਚਾਰੀ ਹਮਾਇਤ ਦੇ ਉੱਪਰ ਆਏ ਨੇ। ਵਰਕਰਾਂ ਨੂੰ PFESI ਵੈਲਫੇਅਰ ਸੈਂਟਰ ਮਿਨੀਮਮ ਵੇਲਾ ਦੇ ਮੁਤਾਬਕ ਬੋਨਸ ਔਰ ਅਦਾਇਗੀਆਂ ਨਹੀਂ ਦਿੱਤੀਆਂ ਜਾ ਰਹੀਆਂ। ਵਾਰੀ ਵਾਰੀ ਬੇਨਤੀ ਕਰਨ ਦੇ ਬਾਵਜੂਦ ਇਹ ਟੋਲ ਪਲਾਜ਼ੇ ਦੀ ਕੰਪਨੀਆਂ ਜਿਹੜੀ ਗੁੰਡਾ ਰਾਹ 'ਤੇ ਆਈ ਹੋਈ ਆ, ਇਸ ਟੋਲ ਪਲਾਜ਼ੇ ਦੇ ਬਣਦੇ ਹੱਕ ਅਧਿਕਾਰ ਨੇ ਵਰਕਰਾਂ ਨੂੰ ਜੁੱਤੀਆਂ ਨੂੰ ਨਹੀਂ ਦਿੱਤੇ ਜਾ ਰਹੇ। ਅੱਜ ਜਿਸ ਦੀ ਮਜਬੂਰਨ ਸਾਨੂੰ ਜਿਹੜਾ ਇਹ ਸੰਘਰਸ਼ ਦਾ ਰਸਤਾ ਅਖਤਿਆਰ ਕਰਨਾ ਪਿਆ, ਅਣਮਿੱਥੇ ਸਮੇਂ ਲਈ ਲਾਡੋਵਾਲ ਟੋਲ ਪਲਾਜ਼ਾ ਬੰਦ ਕੀਤਾ ਗਿਆ। ਜੇਕਰ ਸਾਡੇ ਮਸਲੇ ਹੱਲ ਨਹੀਂ ਹੁੰਦੇ ਤਾਂ ਪੰਜਾਬ ਦੇ ਜਿੰਨੇ ਵੀ ਟੋਲ ਪਲਾਜ਼ੇ ਨੇ 54 ਸਾਰੇ ਟੋਲ ਪਲਾਜ਼ੇ ਨੂੰ ਅਣਮਿੱਥੇ ਸਮੇਂ ਲਈ ਫ੍ਰੀ ਕਰ ਦਾਂਗੇ। ਜਿੰਨੇ ਨੈਸ਼ਨਲ ਹਾਈਵੇ ਦਫ਼ਤਰ ਨੇ ਸਾਰੇ ਨੂੰ ਜਿੰਦੇ ਲਾ ਦਾਂਗੇ, ਇਸ ਲਾਡੋਵਾਲ ਟੋਲ ਪਲਾਜ਼ੇ ਨੂੰ ਵੀ ਜਿੰਦਾ ਲਾਵਾਂਗੇ ਜੇਕਰ ਸਾਡੀ ਸੁਣਵਾਈ ਨਹੀਂ ਹੁੰਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੀ ਭਾਰਤੀ ਕਿਸਾਨ ਨੇ ਰਾਜੇ ਵਾਲਾ ਅੱਜ ਨਾ ਟੋਲ ਟੈਕਸ ਵਾਲੇ ਕਰਮਚਾਰੀਆਂ ਧਰਨਾ ਦਿੱਤਾ, ਉਹਦੇ ਸਮਰਥਨ 'ਚ ਆਏ ਆ। ਟੋਲ ਟੈਕਸ ਵਾਲਿਆਂ ਦਾ ਵੀ ਜਾਇਜ਼ ਆ, ਇਹਨਾਂ ਨੂੰ ਮੁਨਾਸਬ ਤਨਖਾਹ ਚੰਗੀ ਤਰ੍ਹਾਂ ਮਿਲ ਰਹੀ ਆ, ਇਹਨਾਂ ਨਾਲ ਬਹੁਤ ਧੱਕਾ ਚੱਲ ਰਿਹਾ, ਮੁਲਾਜ਼ਮ ਵੀ ਘੱਟ ਜਾਂਦਾ, ਉਹਨਾਂ ਦੇ ਧਰਨੇ ਦਾ ਸਾਡੇ ਯੂਨੀਅਨ ਨੂੰ ਸਮਰਥਨ ਹੈ। ਤੁਹਾਡਾ ਕੀ ਨਾਂ, ਤੁਹਾਡਾ ਕੀ ਉਹਦਾ? ਜਸਦੇਵ ਸਿੰਘ ਢੀਕ ਸਾਹਿਬ, ਭਾਰਤੀ ਕਿਸਾਨ ਯੂਨੀਅਨ ਰਾਜੇ ਵਾਲ ਪ੍ਰਧਾਨ। ਮੈਂ ਰਾਜੇਵਾਲ ਤੋਂ, ਜ਼ਿਲ੍ਹਾ ਸੀਨੀਅਰ ਵਾਈਸ ਪ੍ਰਧਾਨ ਜਲੰਧਰ ਤੋਂ ਜੀ, ਨਰਿੰਦਰ ਸਿੰਘ। ਅੱਜ ਅਸੀਂ ਟੂਲ ਵਰਕਰ ਯੂਨੀਅਨ ਦੇ ਸਮਰਥਨ ਦੇ ਵਿੱਚ ਆਏ ਹਾਂ, ਜੋ ਕਿ ਪਿਛਲੇ 1.5 ਸਾਲ ਤੋਂ ਵਰਕਰਾਂ ਦੇ ਕੋਈ ਵੀ ਮੰਗਾਂ ਨਹੀਂ ਮੰਨੀਆਂ ਗਈਆਂ ਸੀ। ਇਹਨਾਂ ਦਾ ਜੋ ਵੀ ਭੱਤਾ ਸੀ ਨਹੀਂ ਵਧਾਇਆ ਗਿਆ, ਜੋ ਵੀ ਇਹਨਾਂ ਦੀ ਬਣਦੀ ਤਨਖਾਹ ਇਹਨਾਂ ਨੂੰ ਨਹੀਂ ਦਿੱਤੀ ਜਾਂਦੀ, ਅਤੇ ਉਸ ਮਸਲੇ ਦੇ ਵਿੱਚ ਅੱਜ ਅਸੀਂ ਇੱਥੇ ਇਹਨਾਂ ਦੇ ਸਮਰਥਨ ਦੇ ਵਿੱਚ ਲਾਡੋਵਾਲ ਟੂਲ ਪਲਾਜ਼ਾ ਦੇ ਉੱਤੇ ਪਹੁੰਚੇ ਹਾਂ।